ਬਾਬਾ ਸੋਢਲ ਜੀ ਦੇ ਮੇਲੇ 'ਚ ਲੱਖਾਂ ਟਨ ਦੁੱਧ ਚੜਾਇਆ ਜਾਂਦਾ। ਦੁੱਧ ਚੜਨਾ ਤੁਸੀਂ ਦੇਖ ਸਕਦੇ ਆ। ਇਹ ਜੋ ਹੈ ਲਕਸ਼ਮਣ ਜੀ ਕਾ ਅਵਤਾਰ ਹੈ, ਸ਼ੇਸ਼ ਨਾਗ ਜੀ ਕਾ ਅਵਤਾਰ ਹੈ, ਸ਼੍ਰੀ ਸਿੱਧ ਬਾਬਾ ਸੋਢਲ ਜੀ ਮਹਾਰਾਜ ਕੇ ਨਾਮ ਸੇ ਜਾਣੇ ਜਾਤੇ ਹੈ। ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਪੰਜਾਬ, ਜਿੱਥੇ ਅਕਸਰ ਹੀ ਆਏ ਦਿਨ ਮੇਲੇ ਲੱਗੇ ਰਹਿੰਦੇ ਨੇ, ਅਤੇ ਕੋਈ ਅਜਿਹਾ ਹੀ ਮਹੀਨਾ ਹੋ ਜਦੋਂ ਮੇਲਾ ਨਹੀਂ ਲੱਗਦਾ, ਉਹ 12 ਮਹੀਨੇ ਇੱਥੇ ਮੇਲੇ ਚੱਲਦੇ ਰਹਿੰਦੇ ਨੇ। ਇਹੋ ਪੰਜਾਬ ਦੀ ਖਾਸੀਅਤ ਆ ਅਤੇ ਇਹੋ ਸੱਭਿਆਚਾਰ ਆ ਸਾਡੇ ਪੰਜਾਬ ਦਾ। ਅਤੇ ਪਿਛਲੇ ਵਲੋਗ ਤੁਹਾਨੂੰ ਦਿਖਾਇਆ ਮੇਲਾ ਛਪਾਰ ਦਾ, ਜਿਹੜਾ ਕਿ ਮਾਲਵੇ ਦਾ ਮਸ਼ਹੂਰ ਮੇਲਾ ਸੀ। ਹੁਣ ਆਏ ਆਪਾਂ ਦੁਆਬੇ, ਜਿਹੜਾ ਕਿ ਜਲੰਧਰ ਸਿਟੀ ਹੈਗੀ ਆ, ਅਤੇ ਆਪਾਂ ਸਟੇਸ਼ਨ 'ਤੇ ਇਸ ਟਾਈਮ ਖੜ੍ਹੇ ਹਾਂ ਅਤੇ ਇੱਥੋਂ ਦਾ ਮੇਲਾ ਦਿਖਾਉਂਦੇ ਹਾਂ ਤੁਹਾਨੂੰ, ਸਾਰਾ ਐਕਸਪਲੋਰ ਕਰਾਂਗੇ ਬਾਬਾ ਸੋਢਲ ਜੀ ਦਾ ਮੇਲਾ। ਅਤੇ ਲਾਸਟ ਤੱਕ ਵਲੋਗ ਨੂੰ ਜ਼ਰੂਰ ਦੇਖਿਓ। ਅਤੇ ਮੇਰੇ ਨਾਲ ਨੇ ਹਾਈ ਫਾਈ ਪੇਂਡੂ ਭਾਈ, ਜੋ ਕਿ ਅੰਮ੍ਰਿਤਸਰ ਤੋਂ ਆਪਾਂ ਇਕੱਠੇ ਹੋਏ ਹਾਂ। ਹਾਂਜੀ, ਅਤੇ ਹੁਣ ਆਪਾਂ ਇਕੱਠੇ ਹੀ ਮਤਲਬ ਵਲੋਗ ਕਰਾਂਗੇ, ਅਤੇ ਹੁਣ ਚੱਲਦੇ ਹਾਂ ਫਟਾਫਟ। ਹਾਂਜੀ ਬਾਈ, ਮੈਂ ਅਤੇ ਕਰਨ ਬਾਈ ਨਾ ਬੜੀ ਇਕੱਠੇ ਆਪਾਂ ਅੰਮ੍ਰਿਤਸਰੋਂ ਆਏ ਹਾਂ ਅਤੇ ਵੀਡੀਓ ਸ਼ੂਟ ਕਰਨ ਵਾਲੇ ਹਾਂ ਬਾਬਾ ਜੀ ਸੋਢਲ ਜੀ ਦਾ, ਅਤੇ ਚੱਲਦੇ ਹਾਂ ਫਿਰ। ਹੁਣ ਆਪਾਂ ਸਟੇਸ਼ਨ ਤੋਂ ਬਾਹਰ ਆ ਗਏ ਹਾਂ ਅਤੇ ਈ ਰਿਕਸ਼ਾ ਫੜਦੇ ਆ, ਜਿੰਨੇ ਕਿ 20 ਰੁਪਏ ਲੈਣੇ ਅਤੇ ਸਾਨੂੰ ਉੱਥੇ ਛੱਡਦਾ। ਪਿੱਛੇ ਆ ਜੀ ਜਲੰਧਰ ਦਾ ਰੇਲਵੇ ਸਟੇਸ਼ਨ, ਸੋ ਮੈਂ ਅਤੇ ਭਾਅ ਜੀ ਚੱਲੇ ਹੁਣ ਈ ਰਿਕਸ਼ਾ ਤੋਂ ਫੜਦੇ ਹਾਂ ਅਤੇ ਚੱਲਦੇ ਹਾਂ ਫਟਾਫਟ। ਈ ਰਿਕਸ਼ੇ 'ਚ ਆਪਾਂ ਬਹਿ ਗਏ ਹਾਂ, ਮੈਂ ਅਤੇ ਭਾਅ ਜੀ ਹੁਣ ਚੱਲਦੇ ਹਾਂ ਅਤੇ ਦੇਖਦੇ ਹਾਂ ਸਫ਼ਰ ਉੱਥੋਂ ਤੱਕ ਦਾ। ਸੋ ਮਿੱਤਰੋ, ਈ ਰਿਕਸ਼ੇ 'ਚ ਹੁਣੇ ਉੱਤਰ ਗਏ ਹਾਂ ਅਤੇ ਹੁਣ ਤੁਹਾਨੂੰ ਮੇਲਾ ਘੁੰਮਾਉਣੇ ਸਾਰਾ ਸੋਢਲ ਜੀ ਦਾ। ਇੱਧਰ ਤੁਸੀਂ ਵੇਖ ਸਕਦੇ, ਰੌਣਕ ਤੁਸੀਂ ਚੈੱਕ ਕਰ ਸਕਦੇ ਆ। ਅੱਜ ਹੈਗਾ ਲਾਸਟ ਡੇ, ਸੋ ਇੰਨੀ ਭੀੜ ਨਹੀਂ ਹੈਗੀ, ਪਰ ਫਿਰ ਵੀ ਲੋਕ ਆਈ ਚਾਈ ਚੱਲਦੇ ਆ। ਅਤੇ ਆਹ ਪ੍ਰਸ਼ਾਦ ਚੜ੍ਹਦਾ, ਇਹ ਪ੍ਰਸ਼ਾਦ ਕਿਹੜਾ ਕਿਹੜਾ ਚੜ੍ਹਦਾ ਜੀ? ਬਦਾਨਾ ਮੱਠੀਆਂ ਦਾ ਇਹ ਪ੍ਰਸ਼ਾਦ ਚੜ੍ਹਦਾ ਉੱਥੇ ਬਾਬਾ ਸੋਢਲ ਜੀ ਦੇ, ਉੱਥੇ ਪ੍ਰਸ਼ਾਦ ਚੜ੍ਹਦਾ ਮੱਠੀਆਂ ਦਾ, ਅਤੇ ਆਹ ਬਦਾਨਾ ਦਾ ਪ੍ਰਸ਼ਾਦ ਚੜ੍ਹਦਾ ਬਾਬਾ ਸੋਢਲ ਜੀ ਦੇ, ਆਹ ਵੇਖ ਸਕਦੇ ਆ। ਬਾਕੀ ਭੀੜ ਹੈਗੀ, ਰਸ਼ ਅੱਜ ਕਾਫੀ ਆ। ਪਹੁੰਚ ਗਏ ਹਾਂ ਸੋਢਲ ਚੌਂਕ, ਅਤੇ ਇੱਥੋਂ ਮੇਲਾ ਸਟਾਰਟ ਹੋ ਜਾਂਦਾ ਵਾ। ਅਤੇ ਅੱਜ ਤੁਹਾਨੂੰ ਰੌਣਕ ਦਿਖਾਉਂਦੇ ਹਾਂ, ਨਾਲ ਮੱਥਾ ਟਿਕਾਉਂਦੇ ਹਾਂ। ਜਾਂ ਦੁਕਾਨਾਂ ਦੁਕਾਨਾਂ ਲੱਗੀਆਂ ਹੋਈਆਂ ਵੇਖ ਸਕਦੇ ਆ, ਫੁੱਲ ਤਿਆਰੀ ਆ। ਸੋ ਅੱਜ ਹੈਗਾ ਮੇਲੇ ਦਾ ਲਾਸਟ ਦਿਨ, ਧਿਆਨ ਜਿਹੜੇ ਨਹੀਂ ਘੁੰਮ ਸਕੇ ਉਹਨਾਂ ਨੂੰ ਅੱਜ ਘੁੰਮਾ ਦਿੰਦੇ ਹਾਂ, ਅਤੇ ਵਲੋਗ ਲਾਸਟ ਤੱਕ ਜ਼ਰੂਰ ਦੇਖ ਲਿਓ, ਕਿਉਂਕਿ ਅੱਜ ਹੈਗਾ ਲਾਸਟ ਦਿਨ। ਜਿਹੜੇ ਨਹੀਂ ਆ ਸਕੇ ਉਹ ਵਲੋਗ ਨੂੰ ਜ਼ਰੂਰ ਦੇਖ ਲਿਓ ਅਤੇ ਸ਼ੇਅਰ ਵੀ ਕਰ ਦਿਓ। ਰਸ਼ ਚੈੱਕ ਕਰ ਸਕਦੇ ਤੁਸੀਂ, ਸਾਰਾ ਲੱਗਾ ਹੋਇਆ। ਇੱਧਰ ਭੀੜ ਚੈੱਕ ਕਰੋ ਯਾਰ, ਬਾਲੇ 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 ਰਸ਼ ਪੈ ਗਿਆ, ਅਤੇ ਆਹ ਆ ਗਿਆ ਮੰਦਿਰ ਇੱਧਰ। ਸੋ ਆਹ ਵੇਖੋ ਯਾਰ, ਦੁੱਧ ਵੀ ਚੜ੍ਹਦਾ ਵਾ, ਦੁੱਧ ਮੇਨ ਹੈਗਾ ਨਾ, ਦੁੱਧ ਮੇਨ ਹੈ ਚੜ੍ਹਦਾ ਨਾ, ਸਭ ਚੜ੍ਹਦਾ ਹੈ, ਦੁੱਧ ਵੀ ਚੜ੍ਹਦਾ ਉੱਦਾਂ ਨਾ। ਕਿੰਨਾ ਕੁ ਦੁੱਧ ਵਾਹਵਾ ਚੜ੍ਹਦਾ ਨਾ, ਦੁੱਧ ਵਾਹਵਾ ਸਾਰਾ ਚੜ੍ਹਦਾ ਵਾ। ਸੋ ਹੁਣ ਅੰਦਰ ਚੱਲਦੇ ਹਾਂ ਮੇਲੇ ਦੇ, ਮੰਦਿਰ ਹੋਣੇ ਆ ਬਾਬਾ। ਇੱਧਰ ਵੇਖੋ ਯਾਰ, ਰਸ਼ ਚੈੱਕ ਕਰੋ, ਆਹ ਸਾਰੇ ਪ੍ਰਸ਼ਾਦ ਖਰੀਦ ਜਾਂਦੇ ਆ, ਜਿਹੜਾ ਪ੍ਰਸ਼ਾਦ ਇੱਥੋਂ ਚੜ੍ਹਨਾ ਵਾ ਵੇਖ ਸਕਦੇ ਤੁਸੀਂ। ਪ੍ਰਸ਼ਾਦ ਲੈ ਕੇ ਜਾਂਦੇ ਆ, ਬਦਾਨਾ ਸਾਰਾ ਚੜ੍ਹਦਾ। ਅਤੇ ਹੁਣ ਮੇਲੇ ਆ ਸੱਜਿਆ ਪੂਰਾ, ਅੰਦਰ ਐਂਟਰ ਕਰਨ ਦੇ ਮੰਦਿਰ ਦੇ, ਮੰਦਿਰ ਸ਼੍ਰੀ ਸਿੱਧ ਬਾਬਾ ਜੀ ਸੋਢਲ, ਐਂਟਰ ਹੋ ਗਏ ਹਾਂ। ਅਤੇ ਰਸ਼ ਚੈੱਕ ਕਰ ਸਕਦੇ ਤੁਸੀਂ, ਰਸ਼ ਚੈੱਕ ਕਰ ਸਕਦੇ, ਜਨਤਾ ਆਈ ਜਾਂਦੀ ਆ, ਸੰਗਤਾਂ ਆਈ ਜਾਂਦੀਆਂ, ਅੱਧੀਆਂ ਅਤੇ ਅੱਧੀਆਂ ਜਾਈ ਜਾਂਦੀਆਂ, ਆਈ ਚਰਾਈ ਲੱਗੀ ਆ। ਅਤੇ ਪੰਡਾਲ ਪੂਰਾ ਸੱਜਿਆ ਵੇਖੋ ਹਜੇ ਤੱਕ, ਬਾਕੀ ਰੌਣਕ ਫੁੱਲ ਆ, ਸੰਗਤਾਂ ਆਉਂਦੀਆਂ ਵਾ ਵੇਖ ਸਕਦੇ ਤੁਸੀਂ। ਅਤੇ ਸਭ ਤੋਂ ਪਹਿਲਾਂ ਤਾਂ ਇੱਧਰ ਜੋੜੇ ਜਮ੍ਹਾਂ ਕਰਾਉਣੇ ਆ, ਇੱਧਰ ਜੋੜੇ ਜਮ੍ਹਾਂ ਕਰਾ ਸਕਦੇ ਆ। ਉਸ ਤੋਂ ਬਾਅਦ ਮੰਦਿਰ ਆ ਗਿਆ, ਇੱਥੇ ਮੱਥਾ ਟੇਕਦੇ ਹਾਂ, ਨਾਲ ਤੁਹਾਨੂੰ ਟਿਕਾਉਂਦੇ ਹਾਂ। ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ 300 ਸਾਲ ਪੁਰਾਣਾ ਮੰਦਿਰ ਹੈਗਾ। ਰਸ਼ ਚੈੱਕ ਕਰੋ ਯਾਰ, ਬਾਕੀ
ਇੱਧਰੋਂ ਮੱਥਾ ਟੇਕਣ ਤੋਂ ਬਾਅਦ ਇੱਧਰ 'ਚ ਮੱਥਾ ਟੇਕਣਾ, ਆਹ ਹੈਗਾ ਰਸਤਾ ਨਾਲ ਹੀ। ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਮੇਲਾ ਹਰ ਸਾਲ। ਬਾਕੀ ਆਹ ਵੇਖੋ ਸੱਜਿਆ ਪੂਰਾ, ਬਾਕੀ ਆਹ ਵੇਖੋ ਸੱਜਿਆ ਪੂਰਾ ਐ ਪੰਡਾਲ ਨੂੰ ਸਜਾਇਆ ਗਿਆ ਵਾ। ਅਤੇ ਜਿੱਦਣ ਮੇਲਾ ਹੈਗਾ ਉਦਣ ਇੱਥੇ ਪੂਰਾ ਭੀੜ ਸੀ, ਫਿਲਹਾਲ ਅੱਜ ਹੈਗਾ ਲਾਸਟ ਦਿਨ ਤਾਂ ਕਰਕੇ ਥੋੜ੍ਹਾ ਰਸ਼ ਘੱਟ ਆਈ ਚਲਾਈ ਹੈਗੀ। ਮਤਲਬ ਮੰਦਰ ਸ਼੍ਰੀ ਸਿੱਧ ਬਾਬਾ ਸੋਢਲ ਜੀ, ਵੇਖੋ ਯਾਰ ਇੱਧਰ ਮੰਦਰ ਆ ਅਤੇ ਨਾਲ ਹੀ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਂਦਾ, ਮੰਦਰ ਦੇ ਨਾਲ ਹੀ ਗੁਰਦੁਆਰਾ ਸਾਹਿਬ ਬਣਿਆ ਆ, ਗੁਰਦੁਆਰਾ ਸੋਢਲ ਸੋਣੀ ਨਿਹੰਗ ਸਿੰਘ ਜੀ, ਵੇਖ ਸਕਦੇ ਆ ਕਿ ਨਾਲ ਹੀ ਇਹਦੇ ਗੁਰਦੁਆਰਾ ਸਾਹਿਬ ਬਣਿਆ ਆ। ਜਿੱਦਾਂ ਮਣੀਕਰ ਸਾਹਿਬ ਬਣਿਆ ਆ ਸ਼ਿਵ ਜੀ ਦਾ ਮੰਦਰ, ਉੱਦਾਂ ਗੁਰਦੁਆਰਾ ਸਾਹਿਬ ਬਣਿਆ ਆ। ਇੱਧਰ ਗੁਰਦੁਆਰਾ ਪੁਰਾਣਾ ਸਨ 1665 ਦਾ ਗੁਰਦੁਆਰਾ ਸੋਣੀ ਨਿਹੰਗ ਸਿੰਘ ਦਾ ਬਣਿਆ ਆ ਗੁਰਦੁਆਰਾ ਸੋਢਲ। ਹਾਂ ਤੁਸੀਂ ਵੇਖ ਸਕਦੇ ਮੰਦਰ ਨਾਲ ਹੀ ਆ, ਨਾਲ ਹੀ ਮੰਦਰ ਹੈ ਅਤੇ ਨਾਲ ਹੀ ਇੱਧਰ ਗੁਰਦੁਆਰਾ ਸਾਹਿਬ ਆ। ਇੱਧਰ ਆ ਜੀ ਪ੍ਰਸ਼ਾਦ ਚੜ੍ਹਦਾ ਦੁੱਧ ਦਾ, ਉਹ ਵੀ ਬਹੁਤ ਜ਼ਿਆਦਾ ਉਹਦਾ ਜਾਣਦੇ ਆ ਸੰਗਤਾਂ ਜਾਣਦੀਆਂ। ਇਹਦੇ ਥੱਲੇ ਆਉਂਦੇ ਬਿਲਕੁਲ ਡਾਊਨ ਬਣਿਆ ਆ ਇਹ, ਜਿੱਥੇ ਦੁੱਧ ਚੜ੍ਹਦਾ ਵੇਖੋ ਆਸੇ ਪਾਸੇ ਵੇਖ ਸਕਦੇ ਆ, ਪੌੜੀਆਂ ਲੱਗੀਆਂ ਜਿੱਦਾਂ ਸਰੋਵਰ ਟਾਈਪ ਹੁੰਦਾ ਉੱਦਾਂ ਦਾ ਬਣਿਆ ਆ। ਇੱਥੇ ਆਹ ਚੜ੍ਹਦੇ ਬੜੀ ਯਾਰ ਆ, ਕਿੰਨੀ ਜ਼ਿਆਦਾ ਚੜ੍ਹੀ ਹੋਈ ਆ ਮੈਂ ਇਹ। ਉਹ ਆ ਝੋਨਾ ਜਿਹੜਾ ਮਤਲਬ ਕਿਸਾਨ ਲਾਉਂਦੇ ਆ, ਉਹ ਝੋਨਾ ਮਤਲਬ ਲੱਗਦਾ ਇੱਥੇ, ਉਹ ਚੜ੍ਹਾਇਆ ਜਾਂਦਾ ਤਾਂ ਕਿ ਬਾਬਾ ਜੀ ਮਤਲਬ ਜਦੋਂ ਵੀ ਪੈਲੀ ਵਾਹੁੰਦੇ ਹੋਣ ਜਾਂ ਕੁਛ ਵੀ ਉੱਥੇ ਨਾ ਇੱਦਾਂ ਹੋ ਸਕੇ ਅਤੇ ਨਾ ਕੋਈ ਇੱਦਾਂ ਪ੍ਰਗਟ ਹੋਣ, ਤਾਂ ਕਰਕੇ ਚੜ੍ਹਾਇਆ ਜਾਂਦਾ। ਵੇਖ ਸਕਦੇ ਤੁਸੀਂ ਕਿੰਨਾ, ਅਤੇ ਆਹ ਦੁੱਧ ਵੇਖੋ ਇੱਥੇ ਚੜ੍ਹਾਇਆ ਜਾਂਦਾ ਪੈਕਟ, ਵੇਖ ਸਕਦੇ ਤੁਸੀਂ ਕੁਇੰਟਲਾਂ ਦੇ ਹਿਸਾਬ ਨਾਲ, ਟਣਾਂ ਦੇ ਹਿਸਾਬ ਨਾਲ ਦੁੱਧ ਇੱਥੇ ਚੜ੍ਹਾਇਆ ਜਾਂਦਾ, ਲੱਖਾਂ ਟਣਾਂ ਦੇ ਹਿਸਾਬ ਨਾਲ ਇੱਥੇ ਦੁੱਧ ਚੜ੍ਹਦਾ। ਮੇਲੇ ਵਾਲੇ ਦਿਨ ਬਹੁਤ ਰਸ਼ ਹੁੰਦਾ, ਫਿਰ ਵੀ ਦੁੱਧ ਵੇਖੋ ਕਿੰਨਾ ਚੜ੍ਹਿਆ। ਲੱਖਾਂ ਟਣਾਂ ਨਾਲ ਦੁੱਧ ਚੜ੍ਹਦਾ ਇੱਥੇ, ਸੰਗਤਾਂ ਇੱਥੇ ਦੁੱਧ ਲੈ ਕੇ ਆਉਂਦੀਆਂ ਨੇ ਸ਼ਰਧਾ ਭਾਵਨਾ ਨਾਲ। ਇਹ ਮੱਥਾ ਟਿਕਾਇਆ ਜਾਂਦਾ ਵਾਰ ਵਾਰ, ਬੱਚਿਆਂ ਨੂੰ ਮਨੋਕਾਮਨਾ ਪੂਰੀ ਹੁੰਦੀ ਆ ਉਹਨਾਂ ਦੀ। ਇਹ ਬਾਬਾ ਸਿੱਧ ਸੋਢਲ ਜੀ ਦੇਖੋ ਦੁੱਧ ਵੇਖ ਸਕਦੇ ਵੀ ਕਿੰਨਾ ਚੜ੍ਹਿਆ ਹੋਇਆ ਇੱਥੇ, ਸਾਰੀਆਂ ਸੰਗਤਾਂ ਇੱਥੇ ਆਪਣੀ ਮਨੋਕਾਮਨਾ ਲੈ ਕੇ ਆਉਂਦੀਆਂ ਨੇ ਅਤੇ ਪੂਰਨ ਕਰਦੀਆਂ ਨੇ।
ये जो है लक्ष्मण जी का अवतार है, शेष नाग जी का अवतार है, श्री सिद्ध बाबा सोडल जी महाराज के नाम से जाने जाते हैं। और ये जो है शेष नाग अवतार भगवान लक्ष्मण जी है। पिछले करीब करीब जो है 300 वर्ष से जो है मंदिर चलते आ रहा है और सभी श्रद्धालु देश विदेश से प्रभु के चरणों में आकर के जो है नमस्तक होते हैं, अपनी मुराद मनोकामना पूर्ण करते हैं और बाबा के चरणों में जो है हर्षोल्लास के साथ आकर के इनकी जय जयकार जो है करते हैं। देश विदेश हर जगह से प्रभु के चरणों में आते हैं। श्री सिद्ध बाबा सोडल जी महाराज जो है श्री सिद्ध बाबा सोरल जी महाराज के नाम से जाने जाते हैं। ये शेष नाग अवतार भगवान अनंत भगवान है, लक्ष्मी नारायण है, जिनका जो है अनंत चौदस को जो है हर साल जो है काफी हर्षोल्लास के साथ जो है मेला लगता है और करोड़ों आदमी जो है 5-7 दिन के अंदर प्रभु के चरणों में सिर झुकाने के लिए आते हैं। ओके, धन्यवाद बाबा जी, धन्यवाद। मेला आज लास्ट मेला तो 17 को पहला असली मेला 17 सितंबर को था। हाँ। आगे पीछे मेला चलते रहता है। अच्छा, लेकिन असली मेला 17 सितंबर को दूध किनारे चढ़ जाता, दूध करोड़ों पैकेट दूध चढ़ जाता है, बिना जाता है जो है खेतरी। हाँ, खेतरी बिना जाता है, जैसे दुर्गा पूजा में जो है कलश स्थापना के दिन बिना जाता है, शरद नवरात्रा हो गया, ये दुर्गा पूजा एक चैती नवरात्रा होता है, रामनवमी उसी तरह ये खेतरी बिना पनीर है। आप पूछ रहे यार जी इधर हाल लगी है, यह भी तुम चंगी तरह ध्यान दसता ਜਦੋਂ ਬੀਜਦੇ ਹੋਣਗੇ ਕਿਸਾਨ ਜਾਂ ਕੁਛ ਵੀ ਲਾਉਂਦੇ ਆ ਉਦੋਂ ਏਦਾਂ ਨਾ ਹੋ ਸਕੇ ਕੋਈ ਵੀ ਘਟਨਾ, ਤਾਂ ਕਰਕੇ ਇਹ ਇੱਥੇ ਚੜ੍ਹਾਈ ਜਾਂਦੀ ਹੈ ਮਨੇ ਸ਼ਰਧਾ ਨਾਲ। ਜਿੱਦਾਂ ਹੁਣੇ ਆਪਾਂ ਪੰਡਿਤ ਜੀ ਕੋਲ ਇਤਿਹਾਸ ਪੁੱਛਿਆ, ਸਾਰਿਆਂ ਨੇ ਡਿਟੇਲ ਨਾਲ ਤੁਹਾਨੂੰ ਦੱਸਿਆ ਅਤੇ ਕਹਿੰਦੇ ਆ ਵੀ ਆਹ ਦੁੱਧ ਚੜ੍ਹਦਾ ਵੇਖੋ, ਇੱਦਾਂ ਕਮੈਂਟ ਲਓ ਕਈ ਕਰੋੜੇ ਪੈਕਟ ਜਿੱਥੇ ਚੜ੍ਹਦੇ ਆ ਦੁੱਧ ਦੇ, ਅਤੇ ਦੁੱਧ ਚੜ੍ਹਦਾ ਤੁਸੀਂ ਵੇਖ ਸਕਦੇ ਆ। ਵੇਖੋ ਇੱਦਾਂ ਦੁੱਧ ਚੜ੍ਹਾਇਆ ਜਾਂਦਾ, ਜਿਨ੍ਹਾਂ ਦੀ ਮਨੋਕਾਮਨਾ ਪੈਕਟ ਹਰ ਕੋਈ ਦੇਣ ਦਿਆ ਵੇਖ ਸਕਦੇ ਤੁਸੀਂ, ਅਤੇ ਕਿੰਨੇ ਕਰੋੜਾਂ ਪੈਕਟ ਇੱਥੇ ਦੁੱਧ ਦੇ ਚੜ੍ਹਦੇ ਆ। ਹੈਲੋ ਮਹਾਰਾਜ, ਜੈ ਬਾਬਾ ਸੋਡਲ ਜੀ ਦੀ। ਬਾਬਾ ਜੀ, ਬਾਬਾ ਜੀ ਮਹਾਰਾਜ ਛਿੱਟੇ ਵੀ ਮਾਰੇ ਜਾਂਦੇ ਆ। ਇੱਥੇ ਲੋਕ ਸਪੈਸ਼ਲ ਛਿੱਟਾ ਮਰਾਉਂਦੇ ਆ, ਮਤਲਬ ਬਾਬਾ ਜੀ ਨੇ ਤੁਹਾਨੂੰ ਪੰਡਿਤ ਜੀ ਨੇ ਦੱਸਤਾ ਇੱਥੇ ਛਿੱਟਾ ਮਰਾਉਂਦੇ ਆ, ਮਤਲਬ ਮਨੋਕਾਮਨਾ ਪੂਰੀ ਹੁੰਦੀਆਂ ਅਤੇ ਦੁੱਖ ਨਿਵਾਰਨ ਦੂਰ ਹੁੰਦੇ ਆ। ਬਾਕੀ ਹੁਣ ਆਪਾਂ ਤਾਂ ਨੂੰ ਚੱਲੇ ਬਾਹਰ ਮੇਲੇ ਵੱਲ ਅਤੇ ਉੱਥੋਂ ਦਾ ਤੁਹਾਨੂੰ ਮਾਹੌਲ ਚੱਲ ਦਿਖਾਉਂਦੇ ਹਾਂ।
ਇਹ ਬਿਲਕੁਲ ਸੈਂਟਰ 'ਚ ਬਣਿਆ ਹੋਇਆ, ਆਸੇ ਪਾਸੇ ਤੁਸੀਂ ਵੇਖੋਗੇ ਬਿਲਕੁਲ ਡਾਊਨ ਬਣਿਆ ਹੋਇਆ। ਭਾਈ ਟਿੱਕਾ ਲਵਾਉਂਦੇ ਆ, ਹਾਂ ਐਨ ਕਰੋ ਭਾਈ, ਐਂ ਲੱਗ ਗਿਆ ਥੋੜ੍ਹਾ ਟੇਢਾ, ਤੁਸੀਂ ਵਧੀਆ ਹੀ ਵਧੀਆ ਲੱਗਾ, ਸੈਂਟਰ ਲੱਗਾ ਪੂਰਾ ਓਕੇ। ਹੁਣ ਬਾਹਰ ਸਾਈਡ ਆ ਗਏ ਹਾਂ, ਬਾਬਾ ਜੀ ਦੱਸਦਾ 17 ਨੂੰ ਜ਼ਿਆਦਾ ਰਸ਼ ਹੁੰਦਾ ਵਾ, ਬਾਕੀ ਅੱਜ ਹੈਗਾ ਲਾਸਟ ਦਿਨ, ਹੁਣ ਬਾਹਰ ਦਾ ਘੁੰਮਾਉਂਦੇ ਤੁਹਾਨੂੰ ਮਾਹੌਲ ਚਾਲ ਫੁੱਲ। ਇਹ ਚੱਲਦਾ ਹੀ ਰਹਿਣਾ ਕੰਮ, ਬਾਕੀ ਰਸ਼ ਵੇਖੋ, ਸੰਗਤ ਆਈ ਜਾਂਦੀਆਂ ਜਾਈ ਜਾਂਦੀਆਂ, ਬਾਹਰ ਵੱਲ ਚੱਲਦੇ ਹਾਂ। ਰਸ਼ ਵੇਖੋ ਪੈ ਰਿਹਾ ਵਾ, ਹੁਣ ਸ਼ਾਮ ਦਾ ਮਾਹੌਲ, ਹੁਣ ਸਗੋਂ ਜ਼ਿਆਦਾ ਰਸ਼ ਪੈਣਾ ਵਾ। ਰਸ਼ ਪੈ ਗਿਆ ਗੇਟ ਤੇ ਫੁੱਲ, ਆ ਸੇਲਾਂ ਲੱਗੀਆਂ ਹੋਈਆਂ ਵੇਖ ਸਕਦੇ ਤੁਸੀਂ। ਰਸ਼ ਬਾਜ਼ਾਰ ਦਾ ਚੈੱਕ ਕਰੋ, ਸ਼ਾਮ ਦਾ ਮਾਹੌਲ ਆ, ਰਸ਼ ਪੈ ਗਿਆ ਫੁੱਲ, ਦੋਵੇਂ ਆਸੇ ਪਾਸੇ ਦੁਕਾਨਾਂ ਲੱਗੀਆਂ ਵਾ। ਕਿੱਦਾਂ ਅੱਜ ਲਾਸਟ ਦੇ ਅੱਜ ਹੈਗਾ? ਦੁਆਬੇ ਦਾ ਸ਼ਹਿਰ ਜਲੰਧਰ ਵਿਚ ਜਿਹੜਾ ਵੱਡਾ ਮੇਲਾ ਹੈਗਾ ਵਾ, ਬਿਲਕੁਲ ਧੰਨਵਾਦ। ਆਹ ਭਾਈ ਦੁਕਾਨ ਲਾਈ ਆ, ਦੱਸਣ ਦੇ ਸੀ ਇੱਧਰ ਕੱਚ ਕਲਾਸੀਆਂ ਕਾਪੀ ਭਾਂਡੇ ਲੱਗੇ ਆ, ਤੇ ਮੇਲਾ ਫੁੱਲ ਲੱਗਾ ਇੱਧਰ, ਛੋਟੀਆਂ ਆਉਂਦੀਆਂ ਬਾਈ, ਬਾਜ਼ਾਰ ਦੀ ਰੌਣਕ ਵੇਖੋ ਏ ਹੋਏ। ਇੱਥੇ ਦੇਖੋ ਸੇਲਾਂ ਹੀ ਸੇਲਾਂ, ਸੇਲਾਂ ਹੀ ਸੇਲਾਂ, ਰਸ਼ ਪੂਰਾ ਫੁੱਲ ਵੇਖੋ, ਚੈੱਕ ਕਰੋ, ਬੱਚਿਆਂ ਲਈ ਖਿਡੌਣੇ ਬਹੁਤ ਕੁਛ ਲੱਗਾ ਆ, ਇਹ ਦੁਕਾਨਾਂ ਲੱਗੀਆਂ ਰਹਿਣੀਆਂ। ਕਿੱਧਰ ਆ ਧਿਆਨ ਤੁਹਾਡਾ, ਕਿੱਧਰ ਆ ਸੇਲ, ਇੱਧਰ ਆ ਸੇਲ, ਸੇਲ ਵੇਖੋ ਯਾਰ ਕਿੰਨਾ ਕੁ ਲੱਗਾ, ਲੇਡੀਜ਼ ਲਈ ਹਰ ਜਗ੍ਹਾ ਦਾ ਵੇਖੋ, ਜਿਹੜੇ ਮਰਜ਼ੀ ਮੇਲੇ ਚੱਲ ਜਾਓ, ਲੇਡੀਜ਼ ਲਈ ਵੇਖਣ ਨੂੰ ਸਮਾਨ ਮਿਲੂਗਾ ਵੀ, ਲੱਗੇ ਬੜਾ ਕੁਛ ਲੱਗਾ ਇੱਧਰ ਵੀ ਸਾਧੇ ਤੀ, ਇੱਧਰ ਲੇਡ ਅੱਗੇ ਦਾ ਰਸ਼ ਬੋਲਿਆ। ਮੈਂ ਇੱਕ ਗੱਲ ਕਹਿਣੀ ਇੱਧਰੋਂ, ਦੇਖੋ ਚੈੱਕ ਕਰੋ, ਸੇਲ ਹੀ ਸੇਲ, ਸੇਲ ਹੀ ਸੇਲ, ਸੇਲ ਹੀ ਸੇਲ, ਸੇਲ ਹੀ ਸੇਲ, ਬੱਲੇ ਬੱਲੇ ਬਹੁਤ ਰਸ਼ ਬਾਈ, ਬਹੁਤ ਰਸ਼ ਆ। ਕੱਚ ਗਲਾਸੀ ਕੱਪ ਭਾਂਡਾ ਪਲੇਟਾਂ ਕੌਲੀਆਂ ਲੱਗੀਆਂ ਹੋਈਆਂ, ਸਮਾਨ ਸੇਲ, ਸੇਲ, ਸੇਲ। ਓਕੇ ਰਿਪੋਰਟ ਕੰਮ ਬਾਈ, ਓਕੇ ਚੱਲਣ ਦਿਆ ਮੇਲਾ, ਮੇਲਾ ਮੰਦਾ ਹੈਗਾ, ਠੀਕ ਆ ਠੀਕ ਆ।
ਟੈਡੀ ਬੀਅਰ ਲੱਗੇ ਹੋਏ, ਵੱਡੇ ਵੱਡੇ ਛੋਟੇ ਵੱਡੇ ਟੈਡੀ ਬੀਅਰ ਸਾਰੇ ਲੱਗੇ ਇੱਧਰ, ਸੋਹਣੇ ਸੋਹਣੇ ਟੈਡੀ ਬੀਅਰ, ਚਾਦਰਾਂ। ਦੇਖੋ ਯਾਰ ਦੁਕਾਨਾਂ ਸਜੀਆਂ, ਇਹ ਦੁਕਾਨਾਂ ਅੱਜ ਮੇਲਾ ਲਾਸਟ ਦਿਨ ਆ, ਦੁਕਾਨਾਂ ਤਾਂ ਐਤਵਾਰ ਤੱਕ ਲੱਗੀਆਂ ਰਹਿਣੀਆਂ ਹੈ, ਅਤੇ ਤੁਸੀਂ ਸ਼ੋਪਿੰਗ ਕਰਨ ਆ ਸਕਦੇ ਆ। ਭੀੜ ਵੇਖ ਸਕਦੇ ਬਹੁਤ ਜ਼ਿਆਦਾ ਰੱਛ ਆ, ਅਤੇ ਸੇਲਾਂ ਫੁੱਲ ਲੱਗੀਆਂ ਹੋਈਆਂ, ਵੇਖੋ ਚੈੱਕ ਕਰੋ, ਲੋਕ ਸ਼ੋਪਿੰਗ ਕਰਨ ਦੇ ਆ, ਮਜ਼ੇ ਲੈਣ ਦੇ ਆ। ਇਹ ਆ ਸੋਡਲ ਦਾ ਮੇਲਾ, ਫੇਮਸ ਸੋਡਲ ਦਾ ਮੇਲਾ, ਵੇਖੋ ਚੈੱਕ ਕਰੋ, ਸੇਲ ਸੇਲ ਸੇਲ, 10 ਰੁਪਏ 20 ਰੁਪਏ ਸੇਲ, ਧਿਆਨ ਤੁਹਾਡਾ ਕਿੱਧਰ ਹੈ, ਸੇਲ ਇੱਧਰ ਹੈ। ਬਾਕੀ ਵੇਖੋ ਰੌਣਕ ਚੈੱਕ ਕਰੋ, ਭਾਈ ਇਕੱਲੇ ਤੁਰੇ ਜਾਂਦੇ ਅੱਗੇ ਗਏ, ਭਾਈ ਹੱਥ ਕਰਵਾਉਂਦੇ ਪੂਰੀ, ਪੌਣੇ ਜੀ ਪੌਣੇ ਰੋਟੀ ਵਾਲੇ। ਰਿਸਪੋਂਸ ਕਿੱਦਾਂ ਮੇਲੇ ਦਾ? ਬਹੁਤ ਵਧੀਆ ਜੀ। ਅੱਛਾ ਵਧੀਆ ਰਿਹਾ, ਅੱਜ ਲਾਸਟ ਤੱਕ? ਅੱਜ ਨਹੀਂ ਜੀ, ਸੰਡੇ ਤੱਕ ਲੱਗੇਗਾ। ਸੰਡੇ ਤੱਕ ਲੱਗੇਗਾ, ਠੀਕ ਹੈ। ਚੋਰਾਂ ਦਾ ਸ਼ੁਰੂ ਹੋਏ ਨਾ, ਚੋਰਾਂ ਦਾ? ਹਾਂਜੀ ਹਾਂਜੀ, ਸਾਰੀਆਂ ਆਪਣੀਆਂ ਲੱਗੀਆਂ, ਸਾਰੀਆਂ ਆਪਣੀਆਂ ਨਾਲ। ਹਾਂ ਭਾਈ ਸਾਹਿਬ ਆ ਸਾਡੇ ਵੱਡੇ। ਅੱਛਾ, ਮੇਲਾ ਮੇਲਾ ਮੇਲਾ, ਤੁਹਾਡਾ ਧਿਆਨ ਕਿੱਧਰ ਹੈ, ਮੇਲਾ ਇੱਧਰ ਹੈ। ਬਾਕੀ ਬਾਈ ਉੱਥੋਂ ਦੁਕਾਨਾਂ ਪਿੱਛੋਂ ਸਟਾਰਟ ਹੋਈਆਂ, ਪਿੱਛੋਂ ਦੁਕਾਨਾਂ ਸਟਾਰਟ ਹੋਈਆਂ, ਅੱਗੇ ਤੱਕ ਲਓ ਲਾਸਟ ਤੱਕ ਬਾਜ਼ਾਰ ਹੀ ਖਤਮ ਹੋਣ ਤਰੀ ਆਉਂਦਾ। ਘੱਟੋ ਘੱਟ ਆਪਾਂ 1.5-2 ਕਿਲੋਮੀਟਰ ਤੁਰ ਪਏ ਹਾਂ, ਅਤੇ ਅਜੇ ਤੱਕ ਬਾਜ਼ਾਰ ਹੀ ਨਹੀਂ ਖਤਮ ਹੋਣਦਾ। ਵੇਖੋ ਦੁਕਾਨਾਂ ਤਾਂ ਮੁੱਕਣ ਤਾਂ ਨਹੀਂ ਆਉਂਦੀਆਂ। ਵਾਹ ਜੀ ਵਾਹ, ਕਿਆ ਬਾਤ ਹੈ, ਨਿਸ਼ਾਨਾ ਲਾਉਣ ਕੇ ਲਾਓ ਫਿਰ, ਨਿਸ਼ਾਨਾ ਲਾ ਲਓ, ਇੱਕ ਦੋ ਪਾਓ ਗੋਲੀਆਂ। ਇੱਧਰ ਆਏ, ਇੱਧਰ ਫੁੱਲ ਝੂੜੇ ਲੱਗੇ, ਵੇਖੋ ਤਗੜੇ ਤਗੜੇ ਝੂੜੇ ਲੱਗੇ ਇੱਧਰ, ਆਹ ਛੋਟੇ ਬੱਚਿਆਂ ਵਾਲੀ, ਯਾਰ ਇੱਧਰ ਮਾਹੌਲ ਚਾਲ ਹੈਗਾ, ਝੂਲਿਆਂ ਵਾਲਾ ਥੋੜ੍ਹਾ ਰਸ਼ ਹੈਗਾ। ਇੱਧਰ ਝੂਲੇ ਇੱਥੋਂ ਸਟਾਰਟ ਹੋ ਜਾਂਦੇ ਆ, ਆਓ ਵੇਖੋ ਇੱਧਰ ਸਿਰਫ 2 ਜਣੇ ਬੈਠੇ ਆ ਝੂਲੇ 'ਤੇ, ਬਾਕੀ ਸਾਰੇ ਝੂਲਾ ਖਾਲੀ ਆ। ਆਹ ਵੇਖੋ ਗੋਲ ਗੁਣੇ, ਇੱਥੇ ਵੀ ਘੱਟ 2 ਜਣੇ ਬੈਠੇ ਆ ਭਾਈ, ਆਹ ਤਾਂ ਖਾਲੀ ਆ ਭਾਈ, ਆਹ ਤਾਂ ਖਾਲੀ ਝੂੜਾ, ਆਹ ਸਿਰਫ 2 ਜਣੇ ਬੈਠੇ। ਆਹ ਇੱਕੋ ਯਾਰ ਨਿਸ਼ਾਲੇ ਲਾਉਂਦੇ ਸਾਰੇ ਇੱਧਰ, ਇੱਧਰ ਥੋੜ੍ਹਾ ਬਹੁਤ ਹੈਗੇ ਆ ਬਸ। ਕਿੱਦਾਂ ਮੇਲੇ ਦਾ, ਕਿੱਦਾਂ ਇੰਜੋਏ ਕਰਦੇ ਪਏ ਜੇ? ਕੀ ਕਹੇ, ਝੂਟੇ ਕਿਹੜੇ ਲਏ ਫਿਰ? ਸਾਰੇ ਲਏ ਜੇ, ਕਿਸੀ ਦਾ ਲਿਆ, ਕੰਡੋਲ ਵੀ ਲਿੱਤਾ, ਕੀ ਰੇਟ ਹੈਗਾ? ਚਾਹ ਵੀ ਲੱਗੇ ਛੋਟੇ ਛੋਟੇ ਰਸਗੁੱਲੇ, ਕਿੱਡੇ ਵਧੀਆ ਐਂ ਵੇਚ ਕਹਿੰਦੇ। ਮਠਿਆਈਆਂ ਮੇਲੇ 'ਚ ਸਭ ਤੋਂ ਖਾਸ ਚੀਜ਼ ਇਹ ਹੁੰਦੀ, ਮਠਿਆਈਆਂ, ਝੂਟੇ, ਭੀੜ, ਰਸ਼, ਲੰਗਰ, ਇਹੋ ਤਾਂ ਮੇਲੇ ਦੀ ਰੌਣਕ ਵਧਾਉਂਦੇ ਆ। ਸੇਲਾਂ, ਇਹੋ ਰੌਣਕ ਮੇਲੇ ਦੀ ਹੁੰਦੀ ਆ। ਵਾ ਜੀ, ਬਾਬਾ ਸੋਡਲ ਜੀ ਦਾ ਮੇਲਾ ਤੁਹਾਨੂੰ ਘੁਮਾਇਆ ਫੁੱਲ, ਹੁਣ ਆਪਾਂ ਚੱਲੇ ਹਾਂ ਘਰਾਂ ਵੱਲ ਨੂੰ, ਸੋ ਬਲੌਗ ਨੂੰ ਐਂਡ ਕਰਦੇ ਹਾਂ। ਹੋਰ ਭਾਈ ਫਿਰ ਬੜਾ ਵਧੀਆ ਰਿਹਾ, ਦਰਸ਼ਨ ਬੜੇ ਵਧੀਆ ਹੋਏ ਆ, ਸਾਰੇ ਦੁਕਾਨਦਾਰਾਂ ਨਾਲ ਆਪਾਂ ਗੱਲਬਾਤ ਕੀਤੀ ਜੋ ਵੀ ਹੈਗੀ, ਅਤੇ ਸਾਰਿਆਂ ਦਾ ਬੜਾ ਵਧੀਆ ਰਿਸਪੋਂਸ ਹੈ ਮੇਲੇ ਦਾ, ਠੀਕ ਹੈ ਜੀ। ਹੋਰ ਕਿਸੇ ਨਵੇਂ ਬਲੌਗ 'ਚ, ਠੀਕ ਹੈ ਜੀ, ਟੇਕ ਕੇਅਰ, ਬਾਏ ਬਾਏ ਬਾਏ।